जागृति स्किट जो कि कंज्यूमर अफेयर डिपार्टमेंट वालों की गई है फूड सप्लाई वालों स्किट समा सवेरे 6 बजे लाले की हड्डी लाला प्रेमचंद ਕਹਿ ਹੋ ਮਹਾਰਾਣੀ ਇਹ ਕਿਰਪਾ ਕਰੀ ਭਾਗ ਤੇਰੇ ਲੱਗੇ ਰਹਿਣ ਤੇਰੇ ਮੇਰੀ ਦੁਕਾਨ ਨੂੰ ਭਾਗ ਲਾਈ ਰੱਖੀ ਆਏ ਹਾਏ 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 ਓ ਹੋ ਕਿੰਨੀ ਮਿੱਟੀ ਖਿਲਾਰੀ ਪਈ ਆ ਮੇਰੀ ਦੁਕਾਨ ਵਿੱਚ ਓ ਹੋ ਚਾੜੂ ਯਾ ਮਹਾਰਾਣੀ ਇਹ ਕਿਰਪਾ ਕਰੀ ਭਾਗ ਲੱਗੇ ਰਹਿਣ सवेरे सवेरे एडा वड्डा इक तीली दा नुकसान हो गया ये महामारी कोई गल नहीं महाराणी तेरे वास्ते मैं डब्बिया चढ़ावा चढ़ाई गल कोई गल नहीं महाराणी जय भोले शंकर जय महा ਭਾਗ ਲਾਈ ਰੱਖੀ ਅੱਜ ਸਵੇਰੇ ਸਵੇਰੇ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਮਹਾਰਾਣੀਏ ਇੱਕ ਤੀਲੀ ਦਾ ਠੀਕ ਹੈ ਨਾ ਅਤੇ ਛੇਕ ਤੋਂ ਛੇਦੀ ਮੇਰੀ ਦੁਕਾਨ 'ਤੇ ਗਾਹਕ ਭੇਜਦੀ 5-7 ਉਹ ਵੀ ਨਗਦ ਵਾਲੇ ਮੇਰੇ ਬਾਪੂ ਨੇ ਤੁਹਾਨੂੰ ਲੈਸ ਦਿੱਤੀ ਸੀ ਸੌਦੇ ਵਾਸਤੇ ਸੌਦਾ ਦੋ ਮੈਂ ਘਰ ਨੂੰ ਲੈ ਕੇ ਜਾਵਾਂ ਤੁਸੀਂ 4-4 ਮਹੀਨੇ ਦਾ ਹਾਲ ਨੀ ਪਾਉਂਦੇ ਆ ਕੇ ਕਹਿੰਦਾ ਹਾਲ ਨੀ ਪਾਉਂਦੇ ਹਫ਼ਤੇ ਦੇ ਹਫ਼ਤੇ ਬਾਪੂ ਮੇਰਾ ਹਿਸਾਬ ਕਰਦਾ ਨੀ ਕਰਦਾ ਲੈ ਜੇ ਤੁਹਾਡੇ ਘਰੇ ਜਾਈਏ ਜੇ ਪੁੱਛੇ ਮੁੰਡਾ ਕਿੱਥੇ ਮੁੰਡਾ ਕਹਿੰਦੇ ਕਿਤੇ ਕੈਨੇਡਾ ਕਹਿੰਦੇ ਅਮਰੀਕਾ ਤੇ ਮੁੰਡੇ ਨੇ ਕੈਨੇਡਾ ਜਾਣਾ ਨਹੀਂ ਆਪਣੇ ਪੈਸੇ ਤੇ ਜਾਂਦੇ ਆ ਜਾਓ ਮੇਰੇ ਪੈਸੇ ਨਹੀਂ ਕਿ ਦੁਕਾਨ ਦੇ ਰੱਖੇ ਜਿਹੜੇ ਧਾਰ ਲੈਣ ਵਾਸਤੇ ਆਏ ਨੇ ਉਹ ਬੜਾ ਬੋਲਣਾ ਮੈਂ ਆਪਣੇ ਸਹੁਰਿਆਂ ਤੇ ਲਾਉਂ ਸੌਦਾ ਲੈ ਆ ਸਹੁਰਿਆਂ ਦੇ ਕਿਸੇ ਮੈਂ ਕਰਦਾ ਕਿ 9 ਤੋਲਿਆਂ ਨੂੰ ਖੂਨ ਤੇ ਕਰੀਏ ਟੈਡ ਮੁੰਡੇ ਕਹਿੰਦੇ ਬਾਹਰ ਕੀ ਕਰਦਾ ਦੁਕਾਨ ਇੱਥੇ ਹੀ ਉੱਥੇ ਤੇਰੀ ਦੁਕਾਨ ਦੇ ਪੈਸੇ ਕੀ ਰਹੂਗੇ ਇਹ ਦੁਕਾਨ ਦੇ ਅੱਗੇ ਤੂੰ ਨਹੀਂ ਬਣਾ ਤੂੰ ਬੋਲਦਾ ਰਹਿ ਬਾਪੂ ਨੇ ਲੈਸਟ ਪੜਾਤੀ ਭਲੇ ਬੇ ਨੂੰ ਬਾਪੂ ਸ਼ਹਿਰ ਗਿਆ ਹੋਇਆ ਮੈਂ ਸੌਦਾ ਲੈਣ ਦੀ ਮੈਨੂੰ ਗੋਲੀ ਮਾਰਤੀ ਲਾਲਾ ਜੀ ਸ਼ਾਂਤ ਰਹੋ ਸ਼ਾਂਤ ਰਹੋ ਇਹ ਤਾਂ ਬੜਾ ਹੀ ਸਾਊ ਮੁੰਡਾ ਇਹੋ ਜਿਹਾ ਮੁੰਡਾ ਇਹਨੂੰ ਨਹੀਂ ਇਹਨੂੰ ਐ ਨਹੀਂ ਪਤਾ ਵੀ ਕਿਸੇ ਬਜ਼ੁਰਗ ਦੇ ਹੱਥ ਪਾਈ ਦਾ ਉਹ ਗੱਲ ਕੀ ਹੋਈ ਹੈ ਮੈਂ ਤਾਂ ਸਾਸੀ ਗੱਲ ਬੁਲਾਈ ਆ ਕੇ ਇਹਨੂੰ ਤਾਂ ਸਵੇਰੇ ਮਿੱਟੀ 'ਚ ਮਿੱਟੀ 'ਚੋਂ ਜੰਮਿਆ ਤੂੰ ਕਿੱਥੋਂ ਜੰਮਿਆ ਤੂੰ ਜੰਮਿਆ ਮਿੱਟੀ 'ਚੋਂ ਮੈਂ ਥੋੜੀ ਜੰਮਿਆ ਲਾਲਾ ਜੀ ਉਹ ਮਨਦੀਪ ਤੂੰ ਘਰੇ ਚੱਲ ਤੇਰਾ ਬਾਪੂ ਲੈ ਜੂ ਸਮਾਨ ਚੱਲ ਘਰੇ ਉਹ ਹਾਂ ਸੱਚ ਅੱਜ ਸਰਪੰਚ ਜੀ ਨੇ ਮੈਨੂੰ ਸੁਨੇਹਾ ਲਾਇਆ ਅੱਛਾ ਜੀ ਤੇ ਅੱਜ ਆਪਣੇ ਫੂਡ ਸਪਲਾਈ 'ਚੋਂ ਇੰਸਪੈਕਟਰ ਜੀ ਨੇ ਆਉਣਾ ਅੱਛਾ ਜੀ ਠੀਕ ਹੈ ਤੇ ਅੱਜ ਦੁਪਹਿਰੇ ਪਹੁੰਚ ਜਾਓ 7 ਵਿੱਚ ਟਾਈਮ ਨਾਲ ਠੀਕ ਹੈ ਠੀਕ ਹੈ ਹੁਣ ਘਰੇ ਚੱਲ ਸੌਦਾ ਤਾਂ ਲੈ ਕੇ ਜਾਊਂ ਉਹ ਲੈ ਜੀ ਜੀ ਲੈ ਕੇ ਲੈ ਕੇ ਜਾਊਂ ਸੌਦਾ ਤੂੰ ਹਾਂ ਲੈ ਜੀ ਲੈ ਕੇ ਹਾਂ ਉਹ ਕਾਟੋ ਅਮਲੀ ਦੀ ਫੁੱਲਾ ਦੇਖੇ ਲੈ ਫੁੱਲਾ ਦੇਖੇ ਲੈ ਉਹ ਸਰਪੰਚ ਤਾਂ ਕਹਿੰਦਾ ਸੀ ਕਿ 7 ਵਿੱਚ ਸਾਰੇ ਆਣੇ ਇਕੱਠੇ ਹੋਣਾ ਇੱਥੇ ਕੋਈ ਨਹੀਂ ਦਿਖਦਾ ਚੱਲ ਕੋਈ ਨਾ ਆ ਜਾਣਗੇ ਆਪਾਂ ਕਰਦੇ ਆ ਆਪਣਾ ਕੰਮ ਕੁਰਸੀਆਂ ਲਾ ਲਈਏ ਮਲ ਕੇ ਜਰਦਾ ਉਹ ਸੂਟ ਪਾਉਣੋ ਹੱਟ ਗਈ ਤੂੰ ਪਾਪ ਲੀਣ ਦੇ ਗੋਡੇ ਦੇ ਘਸਾਈ ਫਿਰੇ ਬਿੱਲੋ ਜੀਣ ਦੇ ਉਹ ਕਿਵੇਂ ਕੱਚ ਮੋਤੀ ਤੇਰਾ ਸੁੱਚਾ ਹੋ ਗਿਆ ਇੱਥੇ ਜੱਟ ਦਾ ਪਜਾਮਾ ਕੁੜੇ ਆ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਓਏ ਅਮਲੀਆ ਆ ਕਿਹੜਾ ਦਲਜੀਤ ਗਾਉਣ ਲੱਗਿਆ ਮਾਨਕ ਦੀਆਂ ਕਲੀਆਂ ਛੱਡ ਕੇ ਤੂੰ ਓਏ ਕੌਣ ਸੁਣਦਾ ਮਾਨਕ ਨੂੰ
ਅੱਜ ਕੱਲ ਤਾਂ ਸਾਰੇ ਦਲਜੀਤ ਨੂੰ ਸੁਣਦੇ ਆ ਮਨਦੀਪ ਸਿਆ ਹਾਂ ਕੋਈ ਨਹੀਂ ਸੁਣਦਾ ਮਾਨਕ ਨੂੰ ਤੂੰ ਲਾ ਲਾ ਮਾਨਕ ਦੀਆਂ ਕਲੀਆਂ ਯਾਰ ਤੂੰ ਤਾਂ ਪੁੱਠਾ ਹੀ ਪੈਣਾ ਅਮਲੀਆ ਹੋਰ ਸੁਣਾ ਸਿਹਤਾਂ ਕਿੱਦਾਂ ਤੇਰੀਆਂ ਹਾਂ ਚੰਗੀਆਂ ਨੇ ਕਿਵੇਂ ਆਉਣਾ ਹੋਇਆ ਸੱਥ ਦੇ ਵਿੱਚ ਅੱਜ ਸੱਥ ਵਿੱਚ ਅੱਜ ਸਰਪੰਚ ਸਾਹਿਬ ਨੇ ਸੁਣਿਆ ਦਿੱਤਾ ਸੀ ਸਾਰਿਆਂ ਨੇ ਇਕੱਠੇ ਹੋ ਹਾਂ ਮੈਨੂੰ ਵੀ ਲੱਗਿਆ ਸੁਣਿਆ ਮਾਸਟਰ ਸਾਹਿਬ ਜੀ ਮੈਨੂੰ ਦੱਸ ਕੇ ਆਏ ਸੀਗੇ ਆਏ ਨਹੀਂ ਹਜੇ ਸਰਪੰਚ ਆ ਜਾਂਦੇ ਆ ਜੀ ਉਹ ਲੋ ਮਾਸਟਰ ਸਾਹਿਬ ਆ ਗਏ ਨੇ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅਮਲੀਆ ਚੰਗੀਆਂ ਅੱਜ ਜੀ ਚੰਗੀਆਂ ਜੀ लोग हवा कर दे कल्ली हट्टी जे पिंड दे लोकां दी ना हवा कर लग गए लोग अज बापू नी आया बापू जी शहर गया सीगा ते मैं चलो इन्होंने मास्टर जी ने स्नेहा लाया सीगा ओ कहिंदे सत विच ते सारे ने पहुंचना मैं हाजरी लवाती जी ओ बहुत बहुत धन्यवाद रे मुंडिया ते चलो फिर बाकी करी शुरू कर भाई जी 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 ओ जिद्दां तुसीं सारे जानदे ही हो जी मास्टर जी ने तुहानूं स्नेहा तां ला दित्ता सीगा हुण अपने विच फूड सप्लाई विभाग तों इंस्पैक्टर साहब आए हुए ने जी इह तुहानूं अपने विभाग विच हुण बारे कमरे जाणू कराउणगे अच्छा जी ओ जिवें आपां मोटा मोटा तां जानदे ही आ कि जिहड़ी कणक उहने खरीद आ विभाग करता वा तो बाकी इंस्पैक्टर साहब तुम आप जाणू कराओ तुम की कहना चाहते हो धन्यवाद धन्यवाद जिमें कि सरपंच साहब ने कहा झोने और कणक की खरीद साडा विभाग करता वा असीं अगे एजेंसियां रखी हुई ने जिमें कि हाँ जी हाँ जी हाँ जी मार्क फील्ड बारे तो सानू पता है सानू होर जानकारी ओए ओए बैच घोड़े ना भजाया करो साहब नूं पूरी गल तां कर लैंदे ओ चंगा मनदीप सिंह चंगी होई गल प्रणाम की जी मेरा नाम मनदीप सिंह है मनदीप सिंह जी ये तो बहुत चंगी गल आ कि इन्हां नूं भी साडी एजेंसियां बारे पता वा इन्हां ने कहा मार्क फिट पानग्रेन एफ सी आई वेयरहाउस ये साडियां एजेंसियां ने ते तुसीं आप सोचो कि पंजाब विच किन्ने लखां क्विंटल कणक की पैदावार होंदी है ते सब नूं खरीदना ट्रांसपोर्ट करना स्टोर करना ये बहुत बहुत ही औखा काम है देख लो सरपंच साहब ਸਾਡੇ 2 ਕੁਇੰਟਲ ਕਣਕ ਨੂੰ ਸਾਡੀ ਬੇਬੇ ਸਾਰੇ ਟੱਬਰ ਨੂੰ ਭਜਾਈ ਫਿਰਦਿਆ ਬੇ ਇੱਥੇ ਰੱਖ ਲੋ ਬੇ ਨਾ ਬੇ ਇੱਥੇ ਰੱਖ ਲੋ ਬੇ ਚੂਹੇ ਖਾ ਜਾਣਗੇ ਪਰ ਸਰਕਾਰਾਂ ਦੇਖ ਲੋ ਜੀ ਇੰਨੀ ਕਣਕ ਤੇ ਉਹਨਾਂ ਨੂੰ ਕਿਵੇਂ ਸਾਂਭਦੇ ਕਿੰਨਾ ਔਖਾ ਕੰਮ ਆ ਜੀ ਪਰ ਬੇਬੇ ਸਾਨੂੰ ਕਿੱਥੇ ਟਿਕਟ ਦਿੰਦੀ ਹੈ ਉਹ ਮਨਦੀਪ ਸਿੰਘ ਬੱਸ ਕਰ ਹੁਣ ਯਾਰ ਤੂੰ ਵੀ ਜੀ ਇੰਸਪੈਕਟਰ ਤੁਸੀਂ ਸੁਣਾਓ ਕਿਹੜੀ ਗੱਲ ਕਹਿੰਦੇ ਹੋ ਅੱਗੇ ਆਹ ਸਾਰਾ ਕੰਮ ਸਾਡੇ ਅਫਸਰਾਂ ਦੇ ਤੇ ਮੰਤਰੀ ਸਾਹਿਬ ਦੇ ਸੁਪਰਵਿਜ਼ਨ 'ਚ ਹੁੰਦਾ ਵਾ ਤੇ ਇੱਕ ਮੈਂ ਬੇਨਤੀ ਕਰਨੀ ਸੀ ਕਿਸਾਨ ਭਾਈਆਂ ਨੂੰ ਤੁਸੀਂ ਆਪਣੀ ਸਾਰੀ ਜਿੰਟਸਾਂ ਨੂੰ ਸੁਕਾ ਕੇ ਲਿਆ ਕਰੋ ਤਾਂ ਕਿ ਤੁਸੀਂ ਖੱਜਲ ਨਾ ਹੋ ਮੰਡੀ ਹਾਂਜੀ ਹਾਂਜੀ ਆ ਗੁਰਦੁਆਰਾ ਸਾਹਿਬ ਲਾਸਮੈਂਟ ਹੁੰਦੀ ਹੈ ਜੀ ਯਾ ਲਾਸਮੈਂਟ ਨਹੀਂ ਅਨਾਉਂਸਮੈਂਟ ਹੁੰਦੀ ਹੈ ਤੁਹਾਡੇ ਵਾਲੀ ਹੁੰਦੀ ਹੋਣੀ ਆ ਮਾਸਟਰ ਜੀ ਤੇ ਜਿਹੜੀ ਗੱਲ ਹੋਈ ਸੀ ਬੋਲੀ ਦੀ ਆਪਣੀ ਜੀ ਤੁਸੀਂ ਕਨਫਿਊਜ਼ ਸੀ ਕਿ ਬੋਲੀ ਬਾਰੇ ਬੋਲੀ ਹੁੰਦਾ ਸਾਡਾ ਇੰਸਪੈਕਟਰ ਜਿਹੜਾ ਮਹਿਕਮੇ ਦਾ ਇੰਸਪੈਕਟਰ ਤੁਸੀਂ ਸੋਚੀ ਬੈਠੇ ਹੋ ਕਿ ਲਾਉਣ ਦਾ ਆਪਣਾ ਆੜਤੀ ਆ ਉਹ ਗਲਤ ਹੈ ਤੁਸੀਂ ਜੋ ਆਪਣੇ ਏਜੰਟ ਚੰਗੀ ਤਰ੍ਹਾਂ ਸੁਕਾ ਕੇ ਮੰਡੀ 'ਚ ਲਿਆਓ ਤੇ ਖੜੇ ਸਾਹਮਣੇ ਖੜੇ ਹੋ ਕੇ ਬੋਲੀ ਲਵਾਓ ਤੇ ਬਣਦਾ ਹੱਕ ਲਓ ਆਪਣਾ ਇਹ ਤੁਹਾਡੇ ਨਾਲ ਸਹਿਮਤ ਆ ਜੀ ਇੰਸਪੈਕਟਰ ਸਾਹਿਬ ਜਿਵੇਂ ਕਿ ਹੁਣ ਜਦੋਂ ਮੀਂਹ ਕਣੀ ਆ ਜਾਂਦੀ ਹੈ ਜੀ ਜਦੋਂ ਬਾਰਿਸ਼ ਆ ਜਾਂਦੀ ਹੈ ਜਿਹੜੀ ਸਾਡੀ ਕਣਕ ਮੰਡੀਆਂ ਦੇ ਵਿੱਚ ਰੁਲਦੀ ਪਈ ਹੈ ਜੀ ਉਹਦੀ ਬੋਲੀ ਕਾਰਨ ਉਹ ਮੰਡੀਆਂ 'ਚ ਰੁਲ ਜਾਂਦੀ ਜੀ ਉਹਦਾ ਫਿਰ ਖਰਜਾਨਾ ਸਰਕਾਰ ਤੋਂ ਨਾਲ ਜੀ ਜੇ ਕੋਈ ਇੱਦਾਂ ਦਿੱਕਤ ਹੁੰਦੀ ਹੈ ਤਾਂ ਆਪਣੇ ਮਾਪਦੰਡਾਂ ਵਿੱਚ ਘੱਟ ਵੱਧ ਕਰਦੀ ਹੈ ਅੱਛਾ ਜੀ ਜੀ ਚਲੋ ਠੀਕ ਆ ਇੰਸਪੈਕਟਰ ਸਾਹਿਬ ਆਟਾ ਦਾ ਦੀ ਸਕੀਮ ਬਾਰੇ ਦੱਸ ਦਿਓ ਰਾਸ਼ਨ ਕਾਰਡ ਬਾਰੇ ਰਾਸ਼ਨ ਕਾਰਡ ਬਾਰੇ ਸੀ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਜੀ ਜੋ ਡਾਕੂਮੈਂਟ ਰਿਕੁਆਇਰਡ ਹੈਗੇ ਨੇ ਤੁਹਾਨੂੰ ਦੱਸਣਗੇ ਨੇ ਹਾਂਜੀ ਤੁਸੀਂ ਆਟਾ ਦਾ ਸਕੀਮ ਬਾਰੇ ਦੱਸੋ ਜੀ ਹੁਣ ਆਟਾ ਦਾ ਸਕੀਮ ਦਾ ਨਾਮ ਹੁਣ ਅਸੀਂ ਨਿਊ ਰਾਸ਼ਨ ਕਾਰਡ ਸਕੀਮ ਕਰਤਾ ਵਾ ਅੱਛਾ ਜੀ ਤੁਸੀਂ ਮਸ਼ੀਨ ਦੇ ਵਿੱਚ ਅੰਗੂਠਾ ਲਗਾ ਕੇ ਆਨਲਾਈਨ ਜੋ ਆਨਲਾਈਨ ਪੰਜਾਬ 'ਚ ਕਿਤੋਂ ਵੀ ਕਿਸੇ ਵੀ ਡਿਪੂ ਤੋਂ ਕਣਕ ਲੈ ਸਕਦੇ ਆਪਣੀ ਇਸ ਨੂੰ ਪੋਰਟੇਬਿਲਟੀ ਕਿਹਾ ਜਾਂਦਾ ਬਿਲਕੁਲ ਜੀ ਬਿਲਕੁਲ ਤੁਸੀਂ ਕਿਤੋਂ ਵੀ ਕਿਸੇ ਵੀ ਡਿਪੂ ਤੋਂ ਆਪਣਾ ਸਮਾਨ ਲੈ ਸਕਦੇ ਹੋ ਅੱਛਾ ਜੀ ਬਾਕੀ ਉਹ ਜਾਂਦਿਆਂ ਦੇ ਕਿ ਨਾਪ ਤੋਲ ਬਾਰੇ ਜ਼ਰੂਰ ਦੱਸ ਕੇ ਜਾਇਓ ਨਾ ਹਾਂ ਹਾਂਜੀ ਹਾਂਜੀ ਨਾਪ ਤੋਲ ਬਾਰੇ ਤਾਂ ਜ਼ਰੂਰ ਦੱਸਿਓ ਜੀ ਮੈਨੂੰ ਜੀ ਨਾਪ ਤੋਲ ਜੀ ਸਾਡੇ ਡਿਪਾਰਟਮੈਂਟ ਦੇ ਅੰਡਰ ਆਉਂਦਾ ਵਾ ਜਿਹਦੇ ਅੰਡਰ ਅਸੀਂ ਕਿਸੇ ਵੀ ਦੁਕਾਨਦਾਰ ਦੇ ਕੰਡੇ ਵੱਟੇ ਚੈੱਕ ਕਰ ਸਕਦੇ ਆ ਅੱਛਾ ਜੀ ਤੁਹਾਨੂੰ ਕੋਈ ਦਿੱਕਤ ਹੈ ਤਾਂ ਦੱਸਿਓ ਆਪਣਾ ਸਾਡਾ ਆਨਲਾਈਨ ਪੋਰਟਲ ਆ ਲਾਲਾ ਜੀ ਕੰਡੇ ਦਾ ਧਿਆਨ ਰੱਖਿਓ
रोटी पानी छक ही जाए चलो मनदीप दो चमचे मिठाने पा दूंगा श्री वाहिगुरु जी की फतेह मजदूर एक छोटा जा मैसेज दिता गया जी आज मैं सारे प्रधान के सज्जन का रिस्पेक्ट चेहरा का दिया जी बस का बहुत बहुत धन्यवाद करते हैं मैं उम्मीद है कि तुम्हें यह थोड़ा जा सा एक अच्छा लगे मित्र एक ताली नाल Thank you.